ਬਰਨਾਲਾ ਵਿਖੇ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਕਰਵਾਈਆਂ ਗਈਆਂ। ਇਹਨਾਂ ਚੋਣਾਂ ਵਿੱਚ ਦੋ ਉਮੀਦਵਾਰਾਂ ਨੇ ਭਾਗ ਲਿਆ, ਅਵਤਾਰ ਸਿੰਘ ਤੇ ਪਰਮਜੀਤ ਸਿੰਘ। ਪਰਮਜੀਤ ਸਿੰਘ ਨੇ ਅਵਤਾਰ ਸਿੰਘ ਕੋਲੋਂ ਤਕਰੀਬਨ 15 ਵੋਟਾਂ ਤੋਂ ਜੇਤੂ ਰਹੇ ਤੇ ਇਸ ਵਾਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ। ਉਹਨਾਂ ਨੇ ਕਿਹਾ ਕਿ ਮੁਨਸ਼ੀਆਂ ਦੀਆਂ ਆ ਰਹੀਆਂ ਤਕਲੀਫਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ, ਕੋਰੋਨਾ ਕਾਲ ਵਿੱਚ ਜੋ ਵੀ ਦਿੱਕਤਾਂ ਪੇਸ਼ ਆਈਆਂ ਉਹਨਾਂ ਨੂੰ ਦੂਰ ਕੀਤਾ ਜਾਵੇਗਾ ਅਤੇ ਆਪਣੇ ਭਰਾਵਾਂ ਦੇ ਨਾਲ ਖੜਾਂਗਾ। ਉਹਨਾਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਮੈਂ ਇਹਨਾਂ ਦਾ ਅਤਿ ਆਭਾਰੀ ਹਾਂ ਕਿ ਇਹਨਾਂ ਨੇ ਇਸ ਵਾਰੀ ਮੈਨੂੰ ਮੌਕਾ ਦਿੱਤਾ ਪ੍ਰਧਾਨਗੀ ਦਾ। ਇਸ ਨੂੰ ਮੈਂ ਪ੍ਰਧਾਨਗੀ ਨਹੀਂ, ਇਸ ਨੂੰ ਮੈਂ ਸੇਵਾ ਕਹਾਂਗਾ ਅਤੇ ਸੇਵਾ ਦੇ ਭਾਵ ਨਾਲ ਹੀ ਨਿਭਾਵਾਂਗਾ। ਮੁਨਸੀ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਨਾਲ ਜਿੱਤਿਆ। ਜਿਹੜੇ ਵੀ ਕੋਈ ਕੰਮ ਰਹਿੰਦੇ ਨੇ ਬਾਰ ਸਿੰਘ ਬਰਨਾਲਾ ਦੇ, ਮੈਂ ਉਹ ਕੰਮ ਉਹਨਾਂ ਦੇ ਕਰਾਊਂਗਾ ਅਤੇ ਕਰਾਉਂਦਾ ਹੀ ਰਹੂੰਗਾ। ਅਤੇ ਉਹਨਾਂ ਵੀਰਾਂ ਦਾ, ਮੁਨਸੀ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਹਿਯੋਗ ਅੱਜ ਮੈਨੂੰ ਬਹੁਤ ਵੱਡੀ ਜਿਹੜੇ ਨਾਲ ਦਿੱਤਾ। ਬਾਰ ਸਿੰਘ ਦੇ ਸਾਰੇ ਮੁਨਸੀ ਵੀਰਾਂ ਦਾ ਧੰਨਵਾਦ ਕਰਦਾ, ਸਾਰੇ ਮੁਨਸੀਆਂ ਮੈਨੂੰ ਵੋਟਾਂ ਪਈਆਂ ਨੇ। ਮੈਂ ਬਾਰ ਦੇ ਜੋ ਵੀ ਕੰਮ ਹੋਣਗੇ ਉਹ ਕਰਾਂਗੇ ਅਤੇ ਕਰਦੇ ਵੀ ਰਹਾਂਗੇ, ਮੁਨਸੀਆਂ ਦੇ ਪਹਿਲ ਦੇ ਆਧਾਰ 'ਤੇ ਕੰਮ ਕਰਾਂਗੇ। ਜਿੱਤੇ ਹੋ ਅੱਜ।